ਲੈ ਵੀਰੋ ਅੱਜ ਕੰਪੀਟੀਸ਼ਨ ਕਰਾ ਕੇ ਦੇਖਿਆ ਜੀ 54.05/40/64 ਫਾਰਮ 60/2022 ਮਾਡਲ ਪਾਵਰ ਮੈਕਸ 13-13 ਹਾਲ ਹੈ ਦੋਵੇਂ ਮਗਰ ਅਤੇ ਉਹ ਹਾਲਾਂ ਦਾ ਥੋੜ੍ਹੇ ਜਿਹੇ ਅਲੱਗ ਘੱਟ ਹੈ, ਪਾਲੇ ਪੂਲੇ ਘਸੇ ਹੋਏ ਆ, ਇਹਦਾ ਅਲੱਗ ਠੀਕ ਹੈ। ਬਾਕੀ ਟਰੈਕਟਰ ਠੀਕ ਹੈ, ਖਿੱਚੀ ਜਾਂਦਾ, 40 horsepower ਹੈ, 13 ਦੇ ਹਾਲ ਹੈ। ਦੋਵੇਂ ਲੀਵਰ ਥੱਲੇ ਉਹਦੇ ਹੈ, ਦੋਵੇਂ ਲੀਵਰ ਥੱਲੇ ਇਹਦੇ ਹੈ। ਲੈ ਵੀ ਤੁਸੀਂ ਦੇਖ ਲਓ ਕਿਹੜਾ ਹਾਲ ਵੱਧ ਕੀਤੀ ਜਾਂਦਾ। ਆਹ ਥੋੜ੍ਹੇ ਜਿਹੇ ਫਾਲੇ ਘੱਟ ਹੈ, ਇਹਦੇ ਕਰਕੇ ਘੱਟ ਲੱਗਦੇ ਆ, ਇਹਦਾ ਲੱਗ ਜ਼ਿਆਦੇ ਆ। ਜਮਾਂ ਸਲੋਚ ਜੋਨੀਅਰ 51.05, ਇਹ ਵੀ 22 model ਹੈ, ਉਹ ਵੀ ਫਰਮ 60 ਵੀ 22 model ਹੈ, 13 ਦੇ ਹਾਲਾਂ 'ਚ। ਇਹ 55 horsepower ਹੈ, ਪਾਵਰ ਮੈਕਸ P20। ਲੀਵਰ ਦੋਵੇਂ ਥੱਲੇ ਇਹਦੇ, ਦੇਖੋ ਪਰਫੋਰਮੈਂਸ ਕਿਵੇਂ ਹੈ। ਆ ਜੋਂਡੀਅਰ 4x4 54.05 22 model ਹੈ, 40 horsepower ਹੈ, 40-42 ਕਹਿਣ ਦੇ, ਕੋਈ 40 ਜਿਵੇਂ। ਇਹ ਵੀ ਠੀਕ ਹੈ ਟਰੈਕਟਰ, 4x4 ਕਰਕੇ ਬਹੁਤ ਫਰਕ ਪੈਂਦਾ, 50 horsepower ਜਿੰਨਾ ਕੰਮ ਕਰ ਦਿੰਦੇ ਇਹ ਵੀ। ਹਾੜਾਂ ਦਾ ਫਰਕ ਜ਼ਿਆਦਾ ਹੈ, ਆਹ ਲੱਗ ਬਹਿੰਦੇ ਘੱਟ ਹੈ। ਹਾਂ ਉਹ ਵਾਹ ਲੱਗ ਵਾਹ ਇਹਨਾਂ ਦਾ, ਲੈ ਵੀ ਡਰਾਈਵਰ ਬਦਲ ਕੇ ਦੇਖਿਆ ਹੁਣ, ਫਾਰਮ 60 ਵਾਲਾ ਕਹਿੰਦਾ ਮੈਂ ਜੋਂਡੀਅਰ ਚਲਾ ਕੇ ਦੇਣਾ ਕਰਾਂ। ਦੋਵੇਂ ਲੀਵਰ ਥੱਲੇ ਹੈ, ਜਮਾਂ ਸਲੋਚ ਹੈ, ਬਹੁਤ ਲਾਈ ਜਾਂਦਾ ਹੜ। ਥੋੜ੍ਹਾ ਜਿਹਾ ਇਹਨਾਂ ਦੇ ਟੈਂਕੀ ਮਗਰ ਕਰਕੇ ਪਿੱਛੇ ਦੇਖਣ 'ਚ ਅੜਿੱਕਾ ਜਿਹਾ ਲੱਗਦਾ, ਊਂ ਠੀਕ ਹੈ, ਊਂ ਟਰੈਕਟਰ ਨਹੀਂ ਮਾੜਾ ਇਹ। ਤੀਜਾ ਲੋ, ਤੀਜਾ ਹਾਈ ਪਾ ਲਿਆ, ਗੇਅਰਾਂ ਦੀ ਸੈਟਿੰਗ ਕਰਦੇ ਹੋਏ ਨੌਜਵਾਨ।